ਜੀ ਮੈਨੂੰ ਮੰਗਣਾ ਨਹੀਂ ਆਉਂਦਾ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਕੋਈ ਨਹੀਂ ਮੰਗਣਾ ਆਉਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਮੰਗੋ ਰਿਖੀ ਜੀ। ਬਾਬਾ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੇ ਤੁੱਠੇ ਹੋ ਪ੍ਰਸੰਨ ਹੋ ਮੈਨੂੰ ਆਪਣਾ ਬਣਾ ਲਵੋ, ਆਪਦਾ ਬਣਾ ਲਵੋ, ਮੈਨੂੰ ਆਪਣਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਮੈਨੂੰ ਆਪਣਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ ਜੀ, ਆਪਦਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਮੈਨੂੰ ਆਪਦਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਆਪਦਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਮੈਨੂੰ ਆਪਣਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ, 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 ਮੈਨੂੰ ਆਪਣਾ ਬਣਾ ਲੋ ਗੋਲਾ। ਧੰਨ ਗੁਰੂ ਨਾਨਕ, ਆਪਣਾ ਬਣਾ। ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਤੂੰ ਮੇਰਾ ਹੋਏ ਰਹੀ ਸਭ ਜਗ ਤੇਰਾ ਹੋਏ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹਾਂ ਸਭ ਜਗ ਤੇਰਾ ਹੋਏ, ਆਪ ਸਵਾਰੇ ਤੱਕ। ਨਾਨਕ ਸਾਹਿਬ ਦੀ ਸੰਪਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੋਲੇ ਨੇ, ਗੋਲੇ ਆ। ਹੁਣ ਸੰਤ ਭਜਨ ਸਿੰਘ ਜੀ ਸੇਵਾ ਕਰਦੇ ਆ, ਕਿੰਨੀਆਂ ਡਿਊਟੀਆਂ, ਹੋਰ ਸੇਵਾਦਾਰਾਂ ਦੀਆਂ ਵੱਖਰੀਆਂ ਵੱਖਰੀਆਂ, ਗੁਰੂ ਗ੍ਰੰਥ ਸਾਹਿਬ ਦੇ ਕਿਸੇ ਦੀ ਕੋਈ, ਕਿਸੇ ਦੀ ਕੀਰਤਨ ਦੀ, ਕਿਸੇ ਦੀ ਪਾਠ ਦੀ।
ਮਹਾਂਪੁਰਖਾਂ ਨੇ ਕਿਹਾ ਸਾਨੂੰ ਗੋਲੇ ਬਣਾ ਲਓ ਅਤੇ ਗੁਰੂ ਦੇ ਗੋਲੇ ਬਣ ਜਾਣਾ ਕੋਈ ਛੋਟੀ ਚੀਜ਼ ਹੈ, ਗੁਰੂ ਦੇ ਚਾਕਰ ਬਣ ਜਾਣਾ ਕੋਈ ਛੋਟੀ ਸ਼ੈ, ਦਾਸ ਬਣ ਕੇ ਟੋਇਆ ਪਟ ਕੇ ਨੀਵੇਂ ਹੋ ਕੇ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਤੇ ਗੁਰੂ ਸਾਹਿਬ ਦੇ ਹੁਕਮ 'ਤੇ ਹੀ ਚੱਲੇ। ਅਤੇ ਅੱਗੇ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਕਿੱਡੀ ਵੱਡੀ ਸੇਵਾ ਕੀਤੀ, ਗੁਰੂ ਸਾਹਿਬ ਦੀ ਕਿੰਨੀ ਵੱਡੀ ਸੇਵਾ ਨਿਭਾਈ, ਇਹ ਹੈ ਸਤਿਗੁਰਾਂ ਦੇ ਅੱਗੋਂ ਮੰਗਣਾ ਕੀ। ਅਸੀਂ ਸਾਡੇ ਮੰਗਣਾ ਮੰਗਣ ਨੀ ਕਾ ਹਰ ਜਸ ਗੁਰ ਤੇ ਮੰਗਣਾ, ਮੰਗੋ ਦਾਨ ਠਾਕਰ ਨਾਮ ਅਵਰੂ ਕਸ਼ੂ ਮੇਰੇ ਸੰਗ ਨਾ ਚਾਲੇ, ਇਹ ਕੁਝ ਵੀ ਮੇਰੇ ਨਾਲ ਜਾਣ ਵਾਲਾ ਨਹੀਂ। ਅਤੇ ਜਿਹੜੇ ਜੁੜੇ ਗੁਰੂ ਸਾਹਿਬ ਦੇ ਨਾਲ ਉਹਨਾਂ ਨੂੰ ਸਾਰੇ ਸੁੱਖ ਨੇ। ਆਪ ਸੁਆਮੀ ਸਾਹਿਬ ਪ੍ਰਤੱਖ ਵਰਤਦਾ ਹੈ, ਉਹਨਾਂ ਦੀ ਯਾਦ ਸੋਢੀ ਸਾਹਿਬ ਮਨਾ ਰਹੇ ਨੇ, ਜਿਨ੍ਹਾਂ ਦੀ ਜ਼ਿੰਦਗੀ ਸਾਰੀ ਗੁਰੂ ਨਾਨਕ ਦੀ ਯਾਦ ਸੀ, ਜਿਨ੍ਹਾਂ ਦੀ ਸਾਰਾ ਜ਼ਿੰਦਗੀ ਗੁਰੂ ਦੀ ਯਾਦ ਵਿੱਚ ਬੀਤੀ, ਉਹਨਾਂ ਦੀ ਪਵਿੱਤਰ ਯਾਦ ਮਨਾ ਰਹੇ ਨੇ। ਉਪਰਾਲਾ ਕਰਕੇ ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਇਸ ਭਾਵਨਾ ਨੂੰ, ਸੇਵਾ ਨੂੰ ਹੋਰ ਬਲ ਉਤਸ਼ਾਹ ਬਖਸ਼ਣ। ਇੱਕ ਵਾਰੀ ਅਸੀਂ ਇਹਨਾਂ ਕੋਲ ਜਲੰਧਰ ਗਏ ਸੀ ਪ੍ਰੋਗਰਾਮ 'ਤੇ, ਉਹਦੇ ਨਾਲ ਸਾਨੂੰ 5 ਵਜੇ ਟਾਈਮ ਦਿੱਤਾ ਸੀ, ਐਤਕੀ ਥੋੜ੍ਹਾ ਜਿਹਾ ਪਹਿਲੋਂ ਦੇ ਦਿੱਤਾ 2 ਵਜੇ, 2:30 ਵਜੇ, ਅਤੇ ਉਦੋਂ 5 ਵਜੇ ਸਵੇਰੇ ਮੈਂ ਤੱਕ ਗਿਆ ਸੀ ਵੀ ਕੀ ਕੀਤਾ, ਸਾਰੀ ਰਾਤ ਹੀ ਬਿਠਾਈ ਰੱਖੀ। MH1 'ਤੇ ਪ੍ਰੋਗਰਾਮ ਸੀ, ਫਿਰ 5 ਵਜੇ ਦਾਸ ਨੇ ਹਾਜ਼ਰੀ ਭਰੀ, ਬੱਚਿਆਂ ਦੇ ਵੀ ਕੁਝ ਹੈਗੇ ਸੀ ਕੀਰਤਨ ਦੇ ਕੰਪਟੀਸ਼ਨ, ਅਤੇ ਹਰ ਸਾਲ ਉਪਰਾਲਾ ਕਰਦੇ ਆ, ਨਾਲ ਸਾਰਿਆਂ ਦਾ ਸਹਿਯੋਗ ਲੈ ਕੇ ਪ੍ਰਬੰਧਕ ਗੁਰਦੁਆਰੇ ਦੀ ਕਮੇਟੀ ਦਾ, ਹੋਰ ਸੰਗਤਾਂ ਦਾ, ਸਾਰੇ ਮਹਾਂਪੁਰਸ਼ਾਂ ਦਾ। ਅਤੇ ਹੁਣ 2-4 ਬਚਨ ਸੋਢੀ ਸਾਹਿਬ ਸਾਰੀਆਂ ਸੰਗਤਾਂ ਨੂੰ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਨਗੇ। ਦਾਸਾਂ ਵੱਲੋਂ ਪੁੱਲ ਚੁੱਕ ਦੀ ਖਿਮਾ ਹਾਜ਼ਰੀ ਪ੍ਰਵਾਨ ਕਰ ਲੈਣ ਸਤਿਗੁਰੂ, ਇਹ ਸਮਾਂ ਲਿਖੇ ਲਾ ਲੈਣ ਮਾੜੇ ਚੰਗੇ ਸਤਿਗੁਰਾਂ ਦੇ, ਹਾਂ ਹੋਰ ਉਤਸ਼ਾਹ ਬਣ ਬਖਸ਼ਣ, ਬੁੱਧ ਬਖਸ਼ਣ, ਜਸ ਕਰਨ ਦੀ ਸਮਤ ਬਖਸ਼ਣ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਕਰਨ, ਆਪਦਾ ਨਾਮ ਆਪਦਾ ਰੰਗ ਹਿਰਦਿਆਂ 'ਚ ਵਸਾਉਣ, ਸਾਰੀ ਸਾਧ ਸੰਗਤ ਸਤਿਗੁਰਾਂ ਦੇ ਚਰਨਾਂ 'ਚ ਦਾਸ ਨਮਸਕਾਰ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਬੋਲੇ ਸੋਨਿਹਾਰ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੇਵਤਿਆਂ ਦੀ ਸਭਾ ਲੱਗੀ ਹੋਵੇ। ਮੈਂ ਤੱਕ ਰਿਹਾ ਸੀ, ਸਾਰੇ ਤੁਸੀਂ ਸਾਹ ਰੋਕ ਕੇ ਬਾਬਾ ਜੀ ਦੇ ਪ੍ਰਵਚਨਾਂ ਨੂੰ ਸੁਣ ਰਹੇ ਸੀ, ਬਹੁਤ ਹੀ ਇਕਾਗਰਤਾ ਬਣੀ ਹੋਈ ਸੀ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਮਾਗਮ ਵਿੱਚ ਆ ਕੇ ਆਪ ਸੰਗਤਾਂ ਨੂੰ ਪ੍ਰਵਚਨ ਸੁਣਾਏ, ਮਹਾਂਪੁਰਸ਼ਾਂ ਦੇ ਜੀਵਨ ਸੁਣਾਏ, ਗੁਰੂ ਗ੍ਰੰਥ ਸਾਹਿਬ ਜੀ ਦਾ ਕਿਵੇਂ ਸਤਿਕਾਰ ਨਾਨਕਸਰ ਵਿੱਚ ਹੁੰਦਾ ਹੈ, ਬੜਮੁੱਲੇ ਵਚਨ ਆਪ ਜੀਆਂ ਨੂੰ ਸੁਣਾਏ। ਇਹ ਸਾਰਾ ਪ੍ਰੋਗਰਾਮ ਇਹਨਾਂ ਦੀਆਂ ਅਸੀਸਾਂ ਅਤੇ ਇਹਨਾਂ ਦੇ ਉੱਦਮ ਸਦਕਾ ਹੁੰਦਾ ਹੈ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅੱਜ ਦੇ ਦੀਵਾਨ ਦੀ ਸਮਾਪਤੀ ਹੈ, ਕੱਲ੍ਹ ਸ਼ਾਮ ਨੂੰ 6 ਵਜੇ ਫਿਰ ਦੀਵਾਨ ਸ਼ੁਰੂ ਹੋਣਾ ਹੈ, ਜਿਹਦੇ ਵਿੱਚ ਸੰਤ ਮਹਾਂਪੁਰਸ਼ ਗੁਰੂ ਘਰ ਦੇ ਕੀਰਤਨੀਏ ਸਾਰੇ ਆਪ ਸੰਗਤ ਨੂੰ ਜੋੜਨਗੇ, ਤੁਸੀਂ ਅਸੀਸ ਬਖਸ਼ਣੀ। ਮੈਂ ਬੇਨਤੀ ਕਰਾਂਗਾ ਗੁਰੂ ਘਰ ਵੱਲੋਂ ਜੋ ਸਰੋਪਾਉ ਦੀ ਬਖਸ਼ਿਸ਼ ਹੈ, ਮੇਰੇ ਸਹਿਯੋਗੀ ਵੀਰ ਚਲੋ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਜੀ, ਕੱਲ੍ਹ ਨੂੰ ਵੀ ਬਾਬਾ ਜੀ ਦੀਵਾਨ ਵਿੱਚ ਆਉਣਗੇ। ਬੋਲੇ ਸੋਨਿਹਾਰ। ਸਤਿ ਸ਼੍ਰੀ ਅਕਾਲ।
ਬਹੁਤ ਲਹਿਰਾਂ ਵਰਤੀਆਂ। ਕਿੰਨੀ ਖੁਸ਼ੀ ਤੁਹਾਨੂੰ ਸਾਰਿਆਂ ਨੇ ਹੋਈ ਕਿ ਬਾਬਾ ਜੀ ਨੇ ਕੱਲ੍ਹ ਵੀ ਆਉਣਾ ਹੈ ਅਤੇ ਠੀਕ 11 ਵਜੇ ਬਾਬਾ ਜੀ ਅਸੀਂ ਇਹਨਾਂ ਨੂੰ ਸਟੇਜ ਦੇ ਦੇਵਾਂਗੇ। ਉਦੋਂ ਪਹਿਲਾਂ ਮਹਾਂਪੁਰਸ਼ ਬਾਬਾ ਜੀ ਦੇ ਘਰ ਨੇ ਕੀਰਤਨੀਏ ਭਾਈ ਗੁਰੂ ਇਕਬਾਲ ਸਿੰਘ ਜੀ, ਉਹਨਾਂ ਨੇ ਵੀ ਕੀਰਤਨ ਕਰਨਾ ਹੈ, ਭਾਈ ਜੋਗਿੰਦਰ ਸਿੰਘ ਜੀ ਦਿਆੜ, ਭਾਈ ਗੁਰਸ਼ਰਨ ਸਿੰਘ ਜੀ, ਮਾਤਾ ਬਿਪਨਪ੍ਰੀਤ ਕੌਰ ਜੀ, ਬੀਬੀਆਂ ਦਾ ਜਥਾ, ਇਸ ਤਰ੍ਹਾਂ ਹੋਰ ਵੀ ਮਹਾਂਪੁਰਸ਼ ਆ ਰਹੇ ਨੇ। ਠੀਕ 11 ਵਜੇ ਬਾਬਾ ਜੀ ਨੂੰ ਸਟੇਜ ਦੇ ਦੇਵਾਂਗੇ। ਬਾਬਾ ਜੀ ਕੱਲ੍ਹ ਵੀ ਇਸੇ ਤਰ੍ਹਾਂ ਆਪ ਜੀਆਂ ਨੂੰ ਆਪਣੇ ਪ੍ਰਵਚਨਾਂ ਨਾਲ ਗੁਰ ਇਤਿਹਾਸ ਨਾਲ ਜੋੜਨਗੇ। ਦੀਵਾਨ ਦੀ ਸਮਾਪਤੀ ਹੈ ਅਨੰਦ ਸਾਹਿਬ ਜੀ ਦਾ ਪਾਠ, ਫਿਰ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਪਰਿਵਾਰ ਭਰੀਆਂ ਸ਼ਬਦ ਗਾਵਣ ਲਾਈਆਂ, ਕਹੇ ਮਨ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਸਭ ਨਾਂਗ ਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ, ਸਾਚੇ ਸਹੀ ਬਾ ਕਿਆ ਨਹੀਂ ਕਰਦੇ ਰਹਿ, ਸਦਾ ਸਿਫ ਸਲਾ ਤੇਰੀ ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ, ਸਾਚਾ ਨਾਮ ਮੇਰਾ ਆਧਾਰ, ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਪੰਚ ਤੂੰ ਤੂੰ ਬਸ ਕੀਤੇ ਕਾਲ ਕਣਕ ਕੁਮਾਰਿਆ, ਪਾਇਆ ਤੂੰ ਉਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਸ ਕੋ ਅਗ ਧਰਿਆ ਨਗ ਬਾਜੇ, ਨਗ ਸੁਣੋ ਮਨ ਪਾਵੀ ਹੋ ਸਗਲ ਮਨੋਰ ਪੂਰੇ, ਪਰ ਬ੍ਰਹਮ ਪਾਇਆ ਤਰੀ ਸਗਲ ਵਸੂਰੇ, ਦੁੱਖ ਰੋ ਸੰਤਾਪ ਤਰੀ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਜਾੜੀ, ਬਲਵੰਤ ਨਾਮ ਗੁਰ ਚਰਨ ਲਾਗੇ ਬਾਜੇ ਅਨਹਦ ਤੁਰ ਸਲੋ, ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ, ਦਿਲ ਸਰਾਤ ਗੁਰ ਗਾਈ ਦਾਇਆ ਖਿਲੈ ਸਗਲ ਜਗਤ, ਚੰਗਿਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ, ਕਰਨੀ ਆਪੋ ਆਪਣੀ ਕਿ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਦੇਵ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਦੇਵ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।